ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਜਿਵੇਂ ਤੁਸੀਂ ਜਾਣਦੇ ਕਿ 29 ਅਪ੍ਰੈਲ ਨੂੰ ਖਾਲਿਸਤਾਨ ਐਲਾਨ ਦਿਵਸ ਦੀ 28ਵੀਂ ਵਰੇਗੰਢ ਸੀ। ਲਗਭਗ 28 ਸਾਲ ਪਹਿਲਾਂ 29 ਅਪ੍ਰੈਲ 1986 ਨੂੰ 5 ਮੈਂਬਰੀ ਪੰਥਕ ਕਮੇਟੀ ਦੇ ਮੁਖੀ ਬਾਬਾ ਗੁਰਬਚਨ ਸਿੰਘ ਮਾਨੋ ਚਹਿਲ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਖਾਲਿਸਤਾਨ ਦਾ ਐਲਾਨਨਾਮਾ ਯਾਨੀ ਕਿ ਡੈਕਲੇਸ਼ਨ ਆਫ ਇੰਡੀਪੈਂਡੈਂਸ ਜਾਰੀ ਕੀਤਾ ਸੀ। ਇਸ ਐਲਾਨਨਾਮੇ ਵਿੱਚ ਇਹ ਸਪਸ਼ਟ ਕੀਤਾ ਗਿਆ ਸੀ ਕਿ ਹੁਣ ਸਾਡਾ ਭਾਰਤ ਦੇਸ਼ ਨਾਲ ਕੋਈ ਸੰਬੰਧ ਨਹੀਂ ਹੈ ਅਤੇ ਦੁਨੀਆ ਦੀ ਕਚਹਿਰੀ ਵਿੱਚ ਆਪਣੇ ਆਜ਼ਾਦ ਦੇਸ਼ ਖਾਲਿਸਤਾਨ ਦਾ ਅਸੀਂ ਐਲਾਨ ਕਰਦੇ ਹਾਂ। ਬਾਬਾ ਮਾਨੋ ਚਹਿਲ ਨੂੰ 26 ਜਨਵਰੀ 1986 ਨੂੰ ਅਕਾਲ ਤਖ਼ਤ ਸਾਹਿਬ ਵਿਖੇ ਹੋਏ ਸਰਬੱਤ ਖਾਲਸਾ ਵੱਲੋਂ ਪੰਥਕ ਕਮੇਟੀ ਦਾ ਮੁਖੀ ਬਣਾਇਆ ਗਿਆ ਸੀ ਅਤੇ ਇਸ ਪੰਥਕ ਕਮੇਟੀ ਨੂੰ ਪੰਥ ਦੀ ਰਾਜਸੀ ਅਗਵਾਈ ਸੌਂਪੀ ਗਈ ਸੀ। ਵਿਊਅਰਸ, ਇਹ ਵੀ ਯਾਦ ਰਹੇ ਕਿ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੇ ਇਹ ਸਪਸ਼ਟ ਐਲਾਨ ਕੀਤਾ ਸੀ ਕਿ ਜਿਸ ਦਿਨ ਭਾਰਤ ਦੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ ਵਿੱਚ ਪਏ ਤਾਂ ਖਾਲਿਸਤਾਨ ਦੀ ਨੀਂਹ ਰੱਖੀ ਜਾਵੇਗੀ। ਵਿਊਅਰਸ, ਇਹਨਾਂ ਸ਼ਬਦਾਂ ਦੀ ਰੋਸ਼ਨੀ ਵਿੱਚ ਸਰਬੱਤ ਖਾਲਸੇ ਨੇ ਖਾਲਿਸਤਾਨ ਦੀ ਮੰਗ ਤੇ ਆਪਣੀ ਮੋਹਰ ਲਾਈ ਸੀ। ਇਸ ਸਮੁੱਚੇ ਹਫਤੇ ਨੂੰ ਅਸੀਂ ਖਾਲਿਸਤਾਨ ਐਲਾਨ ਦਿਵਸ ਦੀ 28ਵੀਂ ਵਰੇਗੰਢ ਨੂੰ ਸਮਰਪਿਤ ਕਰ ਰਹੇ ਹਾਂ। ਇਸ ਤੋਂ ਇਲਾਵਾ ਅਸੀਂ 2014 ਦੀਆਂ ਚੋਣਾਂ ਸੰਬੰਧੀ ਵੀ ਗੱਲਬਾਤ ਕਰਾਂਗੇ। ਬੇਸ਼ੱਕ 30 ਅਪ੍ਰੈਲ ਨੂੰ ਪੰਜਾਬ ਦੀਆਂ 13 ਪਾਰਲੀਮੈਂਟ ਸੀਟਾਂ 'ਤੇ ਵੋਟਾਂ ਪੈ ਚੁੱਕੀਆਂ ਹਨ। ਪੰਜਾਬ ਵਿੱਚ ਲਗਭਗ 71% ਵੋਟਾਂ ਪਈਆਂ ਹਨ, ਪਰ 2009 ਵਿੱਚ ਲਗਭਗ 70% ਲੋਕਾਂ ਨੇ ਆਪਣੇ ਵੋਟਾਂ ਦੇ ਹੱਕ ਦਾ ਇਸਤੇਮਾਲ ਕੀਤਾ ਸੀ। ਅੱਜ ਅਸੀਂ ਇਸ ਸੰਬੰਧੀ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਅੱਜ ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸੈਕਟਰੀ ਪ੍ਰੋਫੈਸਰ ਮਹਿੰਦਰਪਾਲ ਸਿੰਘ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਨਾ ਪਟਿਆਲੇ ਤੋਂ ਫੋਨ ਲਾਈਨ 'ਤੇ ਜੁੜ ਚੁੱਕੇ ਨੇ। ਜੀ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਉਸ ਵਕਤ ਮੈਂ ਖੁਦ ਉਸ ਇਕੱਠ ਦੇ ਵਿੱਚ ਹਾਜ਼ਰ ਸੀ ਜਿਹਦੇ ਜਿਸ ਇਕੱਠ ਨੇ ਇਸ ਐਲਾਨ ਨੂੰ ਪ੍ਰਵਾਨਗੀ ਦਿੱਤੀ। ਹਾਂਜੀ, ਦੂਸਰੀ ਗੱਲ ਇਹ ਹੈ ਕਿ ਮੈਂ ਸ਼ਾਇਦ ਪੰਜਾਬ ਦੀ ਇਲੈਕਸ਼ਨ ਦੇ ਵਿੱਚ ਉਹਨਾਂ 2 ਜਾਂ 3 ਉਮੀਦਵਾਰਾਂ ਵਿੱਚ ਸ਼ਾਮਿਲ ਸੀ ਜਿਨ੍ਹਾਂ ਨੇ ਆਪਣੇ ਪੋਸਟਰਾਂ ਦੇ ਉੱਤੇ ਹਰ ਇੱਕ ਸਮੇਂ ਇਲੈਕਸ਼ਨ ਦੌਰਾਨ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਦਾ ਫੋਟੋ ਲਗਾ ਕੇ ਪ੍ਰਚਾਰ ਕੀਤਾ। ਜੀ ਜੀ, ਤੇ ਇਹ ਇਸ ਗੱਲ ਦੀ ਗਵਾਹੀ ਹੈ ਕਿ 30 ਅਪ੍ਰੈਲ ਨੂੰ ਜਿਸ ਦਿਨ ਵੋਟਾਂ ਸੀ ਉਸ ਦਿਨ ਵੀ ਜਿਹੜੇ ਮੇਰੇ ਪ੍ਰੈਜ਼ੀਡੈਂਟ ਗਏ ਨੇ ਅਖਬਾਰਾਂ ਦੇ ਵਿੱਚ, ਹਾਂਜੀ, ਉਸ ਵਿੱਚ ਵੀ ਮੈਂ ਜਰਨੈਲ ਸਿੰਘ ਜੀ ਦਾ ਫੋਟੋ ਲਾ ਕੇ ਵੀ ਭੇਜਿਆ। ਹਕੀਕਤ ਦੇ ਹਿਸਾਬ ਨਾਲ ਅਸੀਂ ਬਿਲਕੁਲ ਸ਼੍ਰੋਮਣੀ ਦਲ ਦੇ ਅੰਮ੍ਰਿਤਸਰ ਸਰਦਾਰ ਸਿਮਰਜੀਤ ਸਿੰਘ ਮਾਨ ਦੀ ਅਗਵਾਈ ਜਿਹੜੀ ਵਾਲੀ ਪਾਰਟੀ, ਹਾਂਜੀ, ਇਸ ਗੱਲ ਦੇ ਉੱਤੇ ਬਿਲਕੁਲ 100% ਬਰਾਬਰ ਚੱਲ ਰਹੇ ਹਾਂ। ਅਸੀਂ ਖਾਲਿਸਤਾਨ ਦੀ ਜਿਹੜੀ ਸਿੱਖਾਂ ਦੀ ਸਭ ਤੋਂ ਜਾਇਜ਼ ਮੰਗ ਹੈ, ਹਾਂਜੀ, ਉਹਦੇ ਤੇ ਪਹਿਰਾ ਦਿੰਦੇ ਹਾਂ ਤੇ ਸਾਨੂੰ ਖੁਸ਼ੀ ਹੈ ਕਿ ਲਗਾਤਾਰ ਮਨਾਈ ਜਾ ਰਹੀ ਖਾਸ ਕਰ ਵਿਦੇਸ਼ਾਂ ਵਿੱਚ ਖਾਲਿਸਤਾਨ ਦੀ ਵਰੇਗੰਢ ਸਾਡੇ ਲਈ ਵੀ ਇੱਕ ਉਤਸ਼ਾਹ ਦਾ ਸੋਮ ਹੈ। ਬਿਲਕੁਲ ਬਿਲਕੁਲ ਵੀਰ ਜੀ, ਤੇ ਵੀਰ ਜੀ, ਹੁਣ ਅਸੀਂ ਪੰਜਾਬ ਵਿੱਚ 30 ਅਪ੍ਰੈਲ ਨੂੰ 13 ਸੀਟਾਂ ਤੇ ਪਈਆਂ ਵੋਟਾਂ ਸੰਬੰਧੀ ਤੁਹਾਡੇ ਵਿਚਾਰ ਜਾਣਨਾ ਚਾਹਾਂਗੇ। ਸਾਨੂੰ ਜਾਣਕਾਰੀ ਦਿਓ ਕਿ ਪਟਿਆਲਾ ਪਾਰਲੀਮੈਂਟਰੀ ਹਲਕੇ ਵਿੱਚ ਕੀ ਟ੍ਰੈਂਡ ਸੀ ਅਤੇ ਤੁਸੀਂ ਕੀ ਰਿਜ਼ਲਟ ਐਕਸਪੈਕਟ ਕਰਦੇ ਹੋ? ਰਿਜ਼ਲਟ ਇਸ ਵਾਰ ਸਾਰੇ ਪੰਜਾਬ ਦੇ ਵਿੱਚ ਹੀ ਬੜੇ ਅਨਐਕਸਪੈਕਟਡ ਹੋਣ ਦੀ ਸੰਭਾਵਨਾ ਸਪਸ਼ਟ ਹੈ ਜੀ। ਉਹਦਾ ਕਾਰਨ ਇਹ ਹੈ ਕਿ ਭਾਵੇਂ ਅਸੀਂ ਕੁਝ ਵੀ ਕਹੀਏ, ਜਿਹੜੀ ਆਮ ਆਦਮੀ ਪਾਰਟੀ ਉਹਦੇ ਨਵੇਂ ਉਭਾਰ ਨੇ ਤੇ ਟੈਲੀਵਿਜ਼ਨ ਦੇ ਉੱਪਰ ਉਹਦੇ ਬੇਤਹਾਸ਼ਾ ਪ੍ਰਚਾਰ ਨੇ, ਹਾਂਜੀ, ਉਹਨਾਂ ਨੂੰ ਵੋਟਾਂ ਪਵਾਈਆਂ ਨੇ, ਜਿਹੜੀਆਂ ਵੋਟਾਂ ਤੁਹਾਨੂੰ ਪਈਆਂ ਨੇ ਉਹ ਲੱਖਾਂ ਦੇ ਵਿੱਚ ਨੇ। ਇਸ ਲਈ ਸਿੱਧੇ ਰੂਪ ਵਿੱਚ ਇਹ ਗੱਲ ਕਹਿਣੀ ਕਿ ਕੌਣ ਅੱਗੇ ਹੈ ਜਾਂ ਕੌਣ ਪਿੱਛੇ ਹੈ ਇਹ ਬਹੁਤ ਮੁਸ਼ਕਲ ਹੈ ਜੀ। ਸਾਡੀ ਆਪਣੀ ਜਿਹੜੀ ਲੜਾਈ ਹੈ ਉਹ ਸਾਡੀ ਇੱਕ ਸੋਚ ਦੀ ਲੜਾਈ ਹੈ, ਸੰਘਰਸ਼ ਦੀ ਲੜਾਈ ਹੈ ਜੀ। ਤੇ ਉਹਦੇ ਵਿੱਚ ਅਸੀਂ ਸਾਰੇ ਪੰਜਾਬ ਵਿੱਚ ਜਿੱਥੇ 9 ਥਾਵਾਂ ਤੇ ਸਾਡੇ ਬੰਦੇ ਖੜੇ ਸੀ ਸਾਡੀ ਪਾਰਟੀ ਦੇ, ਉਹਨਾਂ ਨੂੰ ਬਹੁਤ ਵੱਡੀ ਵੋਟ ਪੈਣ ਦੀ ਪੂਰੀ ਸੰਭਾਵਨਾ ਜੋ 16 ਤਰੀਕ ਨੂੰ ਸਪਸ਼ਟ ਹੋ ਜਾਏਗਾ। ਜੇਕਰ ਮੈਂ ਕਹਾਂਗਾ ਕਿ ਭਾਰਤੀ ਚੋਣ ਕਮਿਸ਼ਨ ਦਾ ਜਿਹੜਾ ਇਸ ਵਾਰ ਦਾ ਟ੍ਰੈਂਡ ਸੀ ਉਹ ਪਹਿਲਾਂ ਨਾਲੋਂ ਕਾਫੀ ਹੱਦ ਤੱਕ ਬਿਹਤਰ ਸੀ, ਖਾਸ ਕਰਕੇ
ਜਿਹੜੇ ਪੋਲਿੰਗ ਬੂਥ ਵਗੈਰਾ ਲਾ ਕੇ ਇਹ ਲੋਕ ਆਪਣਾ ਸ਼ੋ ਕਰਦੇ ਨੇ, ਹਾਂਜੀ, ਉਹਨੂੰ ਅਰਥਹੀਣ ਕੀਤਾ ਕਿਉਂਕਿ ਘਰਾਂ ਦੇ ਵਿੱਚ ਹੀ ਉਹਨਾਂ ਨੇ ਵਿਦ ਫੋਟੋ ਜਿਹੜੀਆਂ ਸਲਿਪਸ ਨੇ ਜੀ ਉਹ ਕਮਿਸ਼ਨ ਨੇ ਵੀ ਭਜਾ ਦਿੱਤੀ। ਬਸ ਇਹ ਜੇ ਕੁਛ ਲੱਗੇ ਨੇ ਬਾਕੀ 12 ਸੀਟਾਂ ਤੇ ਤੁਹਾਨੂੰ ਕੀ ਰੁਝਾਨ ਨਜ਼ਰ ਆਉਂਦਾ ਹੈ? ਬਾਕੀ 12 ਸੀਟਾਂ ਜੋ 2 ਜਾਂ 3 ਦੇ ਉੱਤੇ ਆਪ ਦੀ ਚੜ੍ਹਤ ਕਾਫੀ ਦਿਖੀ ਗਈ ਹੈ ਜੀ, ਫਰੀਦਕੋਟ ਤੇ ਖਡੂਰ ਸਾਹਿਬ ਤੋਂ ਸਰਦਾਰ ਸਿਮਰਜੀਤ ਸਿੰਘ ਮਾਨ ਬਰਕਰਾਰ ਜਿੱਤ ਵੱਲ ਵਧੇ ਨੇ ਜੀ। ਸਾਨੂੰ ਪੂਰੀ ਆਸ ਹੈ ਕਿ ਉੱਥੋਂ ਸਰਦਾਰ ਸਿਮਰਜੀਤ ਸਿੰਘ ਮਾਨ ਜੋ ਜਿੱਤਣਗੇ ਜੀ। ਅੰਮ੍ਰਿਤਸਰ ਦੇ ਵਿੱਚ ਬਹੁਤ ਨੈਕ ਟੂ ਨੈਕ ਮੁਕਾਬਲਾ ਰਿਹਾ ਅਮਰਿੰਦਰ ਸਿੰਘ ਤੇ ਜੈਟਲੀ ਦਾ ਜੀ, ਤੇ ਇਸੇ ਤਰ੍ਹਾਂ ਬਠਿੰਡੇ ਵੀ ਮੁਕਾਬਲਾ ਤਾਂ ਸੀ ਪਰ ਉੱਥੇ ਕਾਫੀ ਹੱਦ ਤੱਕ ਨਸ਼ੇ ਦੀ ਵਰਤੋਂ ਹੋਈ ਹੈ ਜੀ ਸਿਮਰ ਦੇ ਹੱਕ ਚ। ਇੱਕ ਦੋ ਬੜੀਆਂ ਹੋਰ ਤਰ੍ਹਾਂ ਦੀਆਂ ਘਿਨਾਉਣੀਆਂ ਵੀ ਆਈਆਂ ਨੇ ਖਬਰਾਂ ਅਖਬਾਰਾਂ ਦੇ ਵਿੱਚ, ਹਾਂਜੀ, ਤੇ ਅਕਾਲੀਆਂ ਨੇ ਬਾਦਲ ਕਹਿੰਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਨਹੀਂ ਬਖਸ਼ਿਆ, ਉਹਨਾਂ ਨੂੰ ਆਪਣੇ ਘਰ ਚ ਪ੍ਰਕਾਸ਼ ਕਰਕੇ ਲੋਕਾਂ ਤੋਂ ਸੋਹਾਂ ਪਾਈਆਂ ਨੇ, ਹਾਂਜੀ, ਦੇ ਕੇ ਹਾਂਜੀ ਫੋਟੋਆਂ ਦੀਆਂ ਅਖਬਾਰਾਂ ਚ ਆਈਆਂ ਨੇ ਬਿਲਕੁਲ, ਕਰਕੇ ਹਜੇ ਵੀ ਪੈਸੇ ਦੇ ਸ਼ਰਾਬ ਦੀ ਵਰਤੋਂ ਜਿਹੜੀ ਹੈ ਉਹ ਲੋਕਾਂ ਨੂੰ ਵੋਟਾਂ ਹਾਸਲ ਕਰਨ ਲਈ ਵਰਤੀ ਜਾ ਰਹੀ ਹੈ ਜੀ, ਜਿਹੜਾ ਮਾੜਾ ਰੁਝਾਨ ਹੈ। ਪਰ ਸਾਰੇ ਪਾਸੇ ਹੀ ਉਹਨੇ ਕਿਤੇ ਕਿਤੇ 4 ਮੁਕਾਬਲੇ ਹੋਏ ਨੇ, ਹਾਂਜੀ, ਇਹੀ ਕਿਹਾ ਜਾ ਸਕਦਾ ਹੈ ਵੀ ਜਿਹੜੇ ਰਿਜ਼ਲਟਸ ਨੇ ਉਹ ਅਨਐਕਸਪੈਕਟਡ ਹੀ ਹੋਣਗੇ ਜੀ। ਤੇ ਵੀਰ ਜੀ ਤੁਹਾਨੂੰ ਕੀ ਲੱਗਦਾ ਕਿ ਕਿਹੜੀਆਂ ਕਿਹੜੀ ਲਾਈਕ ਤੁਸੀਂ ਕਿਹਾ ਅਨਐਕਸਪੈਕਟਡ ਆ, ਪਰ ਲਾਈਕ ਫਿਰ ਵੀ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਲੈ ਕੇ ਜਾਵੇਗੀ ਤੁਹਾਡੇ ਅੰਦਾਜ਼ੇ ਮੁਤਾਬਿਕ? ਮੈਂ ਤੁਹਾਨੂੰ ਬੇਨਤੀ ਕੀਤੀ ਨਾ ਜੀ ਅਨਐਕਸਪੈਕਟਡ ਹੀ ਲੱਗਦਾ ਹੈ ਜੀ ਸਾਰਾ ਕੁਝ ਹੀ, ਇਸ ਲਈ ਇਹ ਸਪਸ਼ਟ ਰੂਪ ਵਿੱਚ ਕਹਿਣਾ ਬਹੁਤ ਮੁਸ਼ਕਲ ਹੈ। ਰਵਾਇਤੀ ਜਿਹੜੀਆਂ ਅਕਾਲੀਆਂ ਜਿਹੜੀਆਂ ਪਾਰਟੀਆਂ ਨੇ ਕਾਂਗਰਸ ਜਾਂ ਬੀਜੇਪੀ ਅਕਾਲੀ ਜੀ ਬਾਦਲ ਕੇ ਇਹਨਾਂ ਨੂੰ ਮੈਨੂੰ ਲੱਗਦਾ ਹੈ ਖੋੜਾ ਲੱਗ ਸਕਦਾ ਹੈ ਆਪ ਦੇ ਨਾਲ, ਪਰ ਉਹ ਬੈਲੈਂਸ ਅੱਜ ਦੀ ਡੇਟ ਚ ਨਹੀਂ ਕਿਹਾ ਜਾ ਸਕਦਾ ਵੀ ਆਪ ਵਾਲੀ ਜਿਹੜੀ ਪਾਰਟੀ ਹੈ ਉਹ ਕਿਹਦੇ ਜ਼ਿਆਦਾ ਵੋਟਾਂ ਖੋਰੇਗੀ ਜਾਂ ਘੱਟ ਖੋਰੇਗੀ ਜੀ ਜੀ। ਜ਼ਰੂਰ ਸੀ ਟ੍ਰੈਂਡ ਕਿ ਸ਼ਾਇਦ ਆਪ ਦੀ ਆਮਦ ਦੇ ਨਾਲ ਜੀ 5-7-10% ਪੋਲਿੰਗ ਵੱਧ ਜਾਏਗੀ, ਉਹ ਨਾ ਹੋਣ ਕਰਕੇ ਹੋਰ ਵੀ ਭੁਲੇਖੇ ਪਏ ਨੇ ਜੀ, ਕਿਉਂਕਿ ਪੋਲਿੰਗ ਜਿਹੜੀ ਹੈ 1-1.5% ਹੀ ਵਧੀ ਹੈ ਜੀ ਪਿਛਲੀਆਂ ਚੋਣਾਂ ਨਾਲੋਂ ਜੀ ਜੀ। ਇਹ ਗੱਲ ਕਹਿਣਾ ਬਹੁਤ ਔਖਾ ਹੈ ਕਿ ਉਹਨੇ ਕਿਹੜੇ ਬੰਦੇ ਦੀਆਂ ਸ਼ਹਿਰਾਂ ਦੇ ਵਿੱਚ ਉਹਨੇ ਬਹੁਤੇ ਆਪ ਨੇ ਕਾਂਗਰਸ ਦੀ ਵੋਟ ਨੂੰ ਆਪਣੇ ਹੱਥ ਚ ਪਵਾਇਆ ਹੈ, ਹਾਂਜੀ, ਪਿੰਡਾਂ ਵਿੱਚ ਅਕਾਲੀ ਭਾਜਪਾ ਵਾਲਿਆਂ ਦੇ ਜਿਹੜੀ ਗੱਠਜੋੜ ਹੈ ਜੀ ਵੋਟਾਂ ਨੂੰ ਆਪਣੇ ਹੱਥ ਚ ਪਵਾਇਆ ਜੀ, ਵੋਟਾਂ ਨੂੰ ਜ਼ਰੂਰ ਪਈਆਂ ਨੇ, ਵੋਟਾਂ ਉਹਨਾਂ ਨੂੰ ਕਾਫੀ 3-4 ਥਾਵਾਂ ਤੇ ਲੱਖਾਂ ਚ ਪੈਣਗੀਆਂ ਜੀ, ਇਸ ਲਈ ਅਨਐਕਸਪੈਕਟਡ ਹੋ ਗਿਆ ਸਾਰਾ ਰਿਜ਼ਲਟ ਜੀ ਬਿਲਕੁਲ। ਤੇ ਵੀ ਜੀ ਹੋਰ ਪੰਥਕ ਮੁੱਦਿਆਂ ਦੇ ਉੱਪਰ ਤੁਹਾਡੇ ਨਾਲ ਸਵਾਲ ਕਰਨ ਤੋਂ ਪਹਿਲਾਂ ਤੁਸੀਂ ਕੋਈ ਹੋਰ ਇਹਨਾਂ ਵੋਟਾਂ ਬਾਰੇ ਕੁਝ ਕਹਿਣਾ ਚਾਹੋ ਜਾਂ ਚੋਣਾਂ ਦੌਰਾਨ ਕੋਈ ਤੁਸੀਂ ਖਾਸ ਆਪਣਾ ਅਨੁਭਵ ਸਾਡੇ ਦਰਸ਼ਕਾਂ ਨਾਲ ਸ਼ੇਅਰ ਕਰਨਾ ਚਾਹੋ ਤਾਂ ਜ਼ਰੂਰ ਸ਼ੇਅਰ ਕਰ ਸਕਦੇ ਹੋ। ਅਨੁਭਵ ਤਾਂ ਇਹੀ ਰਿਹਾ ਕਿ ਮੈਨੂੰ ਇੱਕ ਵਿਸ਼ੇਸ਼ ਅਨੁਭਵ ਹੋਇਆ ਕਿ ਮੀਡੀਆ ਤੇ ਟੈਲੀਵਿਜ਼ਨ ਮੀਡੀਆ ਤੇ ਪ੍ਰਿੰਟ ਮੀਡੀਆ ਜੀ ਸਾਡੀ ਆਸ ਤੋਂ ਜ਼ਿਆਦਾ ਵਿਕਿਆ। ਮੈਂ ਸਮਝਦਾ ਸੀ ਸ਼ਾਇਦ 10% ਇਹ ਸਾਡੇ ਵਰਗੇ ਲੋਕਾਂ ਨੂੰ ਕਵਰੇਜ ਦੇਗਾ ਜੀ, ਪਰ ਉਹ ਜਿਹੜੀਆਂ ਪਿਛਲੀਆਂ 1 ਮਹੀਨੇ ਦੀਆਂ ਖਬਰਾਂ ਜੇ ਸਾਰੇ ਚੁੱਕ ਕੇ ਦੇਖਣਗੇ ਹਾਂਜੀ, ਕੇਵਲ ਪੇਡ ਲੋਕ ਜਿਹਨਾਂ ਕੋਲ ਕੈਪੈਸਿਟੀ ਹੈ ਪੇ ਕਰਨ ਦੀ ਉਹਨਾਂ ਲੋਕਾਂ ਦੀਆਂ ਖਬਰਾਂ ਲੱਗੀਆਂ ਨੇ ਜੀ। ਉਸ ਤੋਂ ਇਲਾਵਾ 30 ਦਾ ਜਿਹੜਾ ਸਮਾਂ ਬੀਤਿਆ ਮੈਂ ਇਹ ਕਹਿਣ ਵਿੱਚ ਜਿਗਰੀ ਮਹਿਸੂਸ ਕਰਾਂਗਾ ਕਿ ਬੇਸ਼ੱਕ ਮੇਰੀ ਪਾਰਟੀ ਨੇ ਲਗਾਤਾਰ ਸੰਘਰਸ਼ ਕੀਤਾ ਸ਼੍ਰੋਮਣੀ ਦਲ ਅੰਮ੍ਰਿਤਸਰ ਨੇ ਜੀ, ਪਰ ਬਹੁਤ ਸੈਗਮੈਂਟਸ ਮੈਂ ਐਸੇ ਦੇਖੇ ਨੇ ਇਲੈਕਸ਼ਨ ਦੌਰਾਨ ਜਿੱਥੇ ਤੱਕ ਸਾਡੀ ਇੰਟਰੋਡਕਸ਼ਨ ਹਜੇ ਨਵੀਂ ਹੈ ਜਾਂ ਪਹਿਲੀ ਜਿਹੜੀ ਪੀੜ੍ਹੀ ਸੀ ਉਹ ਜ਼ਿਆਦਾ ਬਜ਼ੁਰਗ ਹੋ ਕਰਕੇ ਨਵੀਂ ਪੀੜ੍ਹੀ ਤੱਕ ਅਸੀਂ ਆਪਣੀ ਗੱਲ ਪਹੁੰਚਾ ਨਹੀਂ ਸਕੇ, ਹਾਂਜੀ, ਇਹ ਸਾਨੂੰ ਮੈਨੂੰ ਨਵਾਂ ਅਨੁਭਵ ਹੋਇਆ ਜਿਹਦੇ ਕਰਕੇ ਮੈਂ ਅਗਲੇ ਪਾਰਟੀ ਪਾਲਿਸੀ ਦੇ ਵਿੱਚ ਆਪਣੀ ਗੱਲ ਰੱਖ ਕੇ ਜੀ ਖਾਸ ਕਰ ਮੈਂ ਪਟਿਆਲੇ ਨੂੰ ਦੁਬਾਰਾ ਰਿਵਾਈਵ ਕਰਨ ਦੇ ਯਤਨ ਕਰਾਂਗਾ ਜੀ। ਇਹ ਸਾਨੂੰ ਇੱਕ ਭੁਲੇਖਾ ਸੀ ਕਿ ਸ਼ਾਇਦ ਸਾਡੀ ਗੱਲ ਸਭ ਤੱਕ ਪਹੁੰਚਦੀ ਹੈ, ਹਾਂਜੀ, ਪਰ ਮੈਨੂੰ ਇਸ ਇਲੈਕਸ਼ਨ ਦੌਰਾਨ ਲੱਗਿਆ ਕਿ ਅਸੀਂ ਕਿਸੇ ਮੈਂ ਆਪ ਖੁਦ ਕਹਾਂਗਾ ਮੈਂ ਕਿਤੇ ਕਿਤੇ ਕਾਫੀ ਹੱਦ ਤੱਕ ਗਲਤ ਸੀ ਜੀ, ਇਹੋ ਜਿਹੇ ਤਜਰਬੇ ਮੈਨੂੰ ਹੋਏ ਕਿਉਂਕਿ ਮੈਂ ਬਹੁਤਾ ਪਟਿਆਲੇ ਚ ਹੀ ਰਿਹਾ ਇਸ ਲਈ ਹੋਰ ਪਾਸੇ ਮੈਂ ਕਹਿ ਨਹੀਂ ਸਕਦਾ ਜੀ। ਤੇ ਵੀਰ ਜੀ ਤੇ ਸਵਾਲ ਉਹਦਾ ਜਿਸ ਤਰ੍ਹਾਂ ਤੁਸੀਂ ਸੋਚ ਤੁਸੀਂ ਕਿਹਾ ਕਿ ਤੁਸੀਂ ਨਵੀਂ ਪੀੜ੍ਹੀ ਤੱਕ ਆਪਣੀ ਆਵਾਜ਼ ਨਹੀਂ ਪਹੁੰਚਾ ਸਕੇ, ਤੁਹਾਨੂੰ ਕੀ ਲੱਗਦਾ ਕਿ ਅਗਲੇ ਇਲੈਕਸ਼ਨ ਤੁਸੀਂ ਕਿਸ ਤਰ੍ਹਾਂ ਨਵੀਂ ਪੀੜ੍ਹੀ ਨੂੰ ਆਪਣੇ ਨਾਲ ਜਾਗਰੂਕ ਕਰੋਗੇ? ਮੈਨੂੰ ਇਹੀ ਲੱਗਿਆ ਜੋ ਤੱਕ ਮੈਂ ਸੋਚਿਆ ਕਿਉਂਕਿ ਇਹਦਾ ਸਾਰਾ ਐਨਾਲਿਸਿਸ ਮੈਂ ਦੁਬਾਰਾ ਕਰੂੰਗਾ ਜੀ, ਕਿ ਮੈਨੂੰ ਕੰਟੀਨਿਊਸਲੀ ਕੋਈ ਨਾ ਕੋਈ ਧਾਰਮਿਕ ਜਾਂ ਸਮਾਜਿਕ ਪ੍ਰੋਗਰਾਮ
ਸਾਰੇ ਕੰਸਟੀਚੁਐਂਸੀ ਦੇ ਵਿੱਚ ਵੰਡ ਕੇ ਕਰਨੇ ਪੈਣਗੇ, ਕਰਨੇ ਚਾਹੀਦੇ ਨੇ ਤੇ ਕਰਨੇ ਪੈਣਗੇ, ਤਾਂ ਹੀ ਮੈਂ ਨਵੇਂ, ਕਿਉਂਕਿ ਜਦੋਂ ਤੱਕ ਮੈਂ ਲੋਕਾਂ ਤੱਕ ਪਹੁੰਚਣਾ ਨੀ, ਮੈਂ ਆਪਣੀ ਜਿਹੜੀ ਅਬਿਲਿਟੀ ਹੈ ਜਾਂ ਕੈਲੀਬਰ ਹੈ ਕਿਵੇਂ ਪਹੁੰਚਾਉਂਗਾ ਲੋਕਾਂ ਤੱਕ। ਸਾਡੇ ਕੋਲ ਘੱਟ ਜ਼ਰੂਰ ਨੇ, ਪਰ ਮੈਂ ਹੌਲੀ ਹੌਲੀ ਕਰਕੇ ਸਾਰੇ ਹੀ ਹਲਕੇ ਦੇ ਵਿੱਚ ਮੈਨੂੰ ਆਪਣੀ ਫਿਜ਼ੀਕਲ ਅਵੇਅਰਨੈਸ ਦੇਣੀ ਪਏਗੀ, ਲੋਕਾਂ ਨੂੰ ਖਬਰ ਕਰਨੀ ਪਏਗੀ, ਲੋਕਾਂ ਨੂੰ ਇਸ ਬਾਰੇ ਸਮਝਾਉਣਾ ਪਊਗਾ। जी जी ते वी जी, ड्यूरिंग दिस इलेक्शन अकाली लीडर विक्रमजीत मजीठिया ने अरुण जेतली नू खुश करन लई दशमेश पिता दी बाणी दी भी तोहीन कीती। जथेदार अकाल तख्त साहिब ने मजीठिया दे खिलाफ फौरन कोई एक्शन नहीं लिया अते हुण उस नू बड़ी हल्की जिही धार्मिक सजा लगा के छड़ दिता गया है। जथेदारां दे इस वर्तारे बारे तुसी की कहना चाहोगे? ਪਿਛਲੇ 10-15 ਸਾਲ ਤੋਂ ਉਜਾਗਰ ਕੀਤਾ ਹੋਇਆ ਹੈ ਤੇ ਇਹ ਵੀ ਉਹਦਾ ਹੀ ਇੱਕ ਸਰੂਪ ਹੈ। ਮੈਨੂੰ ਯਾਦ ਆਉਂਦਾ ਹੈ ਕਿ ਇੱਕ ਵਾਰ 2 ਜੁਲਾਈ ਨੂੰ 2007 ਨੂੰ 2006 ਨੂੰ ਸਾਡਾ ਝਗੜਾ ਹੋ ਗਿਆ ਮੰਜੀ ਸਾਹਿਬ ਦੀਵਾਨ ਹਾਲ ਅੰਮ੍ਰਿਤਸਰ ਚ ਬਾਦਲ ਦੇ ਨਾਲ ਸਾਡੀ ਪਾਰਟੀ ਦਾ, ਉੱਥੇ ਕਾਫੀ ਝਗੜਾ ਹੋਇਆ ਤੇ ਇਹ ਗੱਲ ਕੋਈ ਦੁਪਹਿਰ ਦੇ 1:30 ਵਜੇ ਦੀ ਹੈ ਤੇ 4 ਵਜੇ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਉਹਨਾਂ ਨੇ ਸਜ਼ਾ ਵੀ ਲਾ ਦਿੱਤੀ ਸੀ ਆ ਕੇ ਪੇਸ਼ ਹੋਵੋ 3 ਘੰਟਿਆਂ ਬਾਅਦ ਜੀ, ਅਸੀਂ ਅਜੇ ਕੰਪਲੈਕਸ ਦੇ ਵਿੱਚ ਸੀ। ਸੋ ਇਹ ਉਦਾਹਰਨਾਂ ਆਪਾਂ ਬਾਰ ਬਾਰ ਦੇ ਚੁੱਕੇ ਹਾਂ, ਦੇਣਾ ਸਾਡਾ ਬਣਦਾ ਵੀ ਹੈ, ਤੁਸੀਂ ਸਾਡਾ ਕਰਦੇ ਹੋ, ਮੀਡੀਆ ਸਾਨੂੰ ਲੈ ਕੇ ਜਾਂਦੇ ਹੋ। ਇਹਨਾਂ ਜਥੇਦਾਰਾਂ ਨੂੰ ਜਿਹੜਾ ਇਹ ਨੈਕਸਸ ਇਸ ਵਕਤ ਇਹਨਾਂ ਦੇ ਉੱਤੇ ਭਾਰੂ ਹੈ, ਇਹਨਾਂ ਤੋਂ ਇਹੀ ਆਸ ਕੀਤੀ ਜਾ ਸਕਦੀ ਸੀ ਜਿਹੜੀ ਇਹਨਾਂ ਨੇ ਕੀਤੀ ਹੈ, ਇਸ ਤੋਂ ਬਾਅਦ ਇਹਨਾਂ ਤੋਂ ਆਸ ਨਹੀਂ ਕੀਤੀ ਸਕਦੀ। ਇਹਨਾਂ ਧਰਾਂ ਸਵਾਮੀਆਂ ਵੱਲੋਂ ਢਾਏ ਗੁਰਦੁਆਰੇ ਨੂੰ ਵੀ ਕਹਿੰਦਾ ਸੀ ਕਿ ਜਾਇਜ਼ ਹੈ, ਸਾਰਾ ਕੁਝ ਇੱਕ ਹਿੱਸਾ ਹੈ। ਦੂਜੀ ਗੱਲ ਇਹ ਹੈ ਕਿ ਜੋ ਵਿਕਰਮ ਜੀਠੀ ਨੇ ਕਿਹਾ ਇਹਦੇ 2 ਹਿੱਸੇ ਦਿੰਦਾ, ਭਾਵੇਂ ਤੁਹਾਡੇ ਲਈ ਇਹ ਗੱਲ ਨਹੀਂ ਹੋਊਗੀ। ਪਹਿਲੀ ਗੱਲ ਤਾਂ ਇਹ ਹੈ ਕਿ ਇਹ ਹੰਕਾਰ ਇੰਨਾ ਵੱਧ ਗਿਆ ਇਹਨੂੰ ਕਿ ਇਹਨੂੰ ਪਤਾ ਹੀ ਲੱਗਿਆ ਜੀ ਕਿ ਇਹ ਗੁਰਬਾਣੀ ਦੀ ਵੀ ਤੋਹੀਨ ਕਰ ਰਿਹਾ ਹੈ। ਜੀ ਬਿਲਕੁਲ, ਸਾਡੇ ਇਤਿਹਾਸ ਵਿੱਚ ਕਦੇ ਰਾਮ ਰਾਏ ਜੀ ਨੇ ਕੀਤੀ ਸੀ ਜਿਹਨਾਂ ਨੂੰ ਅਖੀਰ ਤੱਕ ਗੁਰੂ ਸਾਹਿਬ ਨੇ ਮੂੰਹ ਨਹੀਂ ਸੀ ਲਾਇਆ। ਜੀ ਦੂਸਰੀ ਗੱਲ ਇਹ ਹੈ, ਮੈਂ ਇੱਥੇ ਨਵੀਂ ਗੱਲ ਇਹ ਕਰਨਾ ਚਾਹੁੰਦਾ ਕਿ ਜੋ ਮੈਂ ਐਨਾਲਿਸਿਸ ਕੀਤਾ ਹੈ ਇਹ ਗਿਣੀ ਮਿੱਥੀ ਸਾਜਿਸ਼ ਵੀ ਹੋ ਸਕਦੀ ਹੈ। ਇਹਨਾਂ ਦਾ ਅਮਰਿੰਦਰ ਨਾਲ ਕੋਈ ਸਮਝੌਤਾ ਹੈ ਜਿਹਦੇ ਤਹਿਤ ਅਮਰਿੰਦਰ ਨੇ ਇੱਕ ਬਿਆਨ ਦਿੱਤਾ ਸੀ 1984 ਦੇ ਟਾਈਟਲਰ ਬਾਰੇ ਕਿ ਉਹਦਾ ਕਸੂਰ ਕੋਈ ਨਹੀਂ ਹੈ, ਘਿਰ ਗਿਆ ਸੀ ਪੂਰੀ ਤਰੀਕੇ ਨਾਲ। ਮੈਨੂੰ ਲੱਗਦਾ ਇਹਨੇ ਅਮਰਿੰਦਰ ਨੂੰ ਉਸ ਘਰਾਉ ਚੋਂ ਕੱਢਣ ਲਈ ਆਪਣੇ ਆਪ ਨੂੰ ਬਲੀ ਦਾ ਬੱਕਰਾ ਬਣਾਉਣ ਤੱਕ ਵੀ ਇਹ ਗਿਆ, ਕਿਉਂਕਿ ਇਹਨਾਂ ਦਾ ਬਾਦਲਚਾਂ ਦਾ ਤੇ ਕਾਂਗਰਸੀਆਂ ਦਾ ਕਿਤੇ ਨਾ ਕਿਤੇ ਗੱਠਜੋੜ ਜ਼ਰੂਰ ਹੈਗਾ। ਇਹ ਦਰਬਾਰ ਸਾਹਿਬ ਤੋਂ ਹਮਲੇ ਤੋਂ ਲੈ ਕੇ ਅੱਜ ਤੱਕ ਅੰਦਰੋਂ ਇਕੱਠੇ ਨੇ। 1980 ਦੇ ਵਿੱਚ ਸਾਰੀ ਕਾਂਗਰਸ ਦਿੱਲੀ ਤੋਂ ਲੈ ਕੇ ਪੰਜਾਬ ਤੱਕ ਦੀ ਬਾਦਲ ਦੀ ਹਮਾਇਤ ਕਰਦੀ ਹੈ। ਹਾਂਜੀ, ਇਹ ਇਹਨਾਂ ਪਿਛਲੇ ਦਿਨਾਂ ਵਿੱਚ ਆਪ ਜੀ ਨੂੰ ਯਾਦ ਹੋਊਗਾ ਕਿ ਜਦੋਂ ਜੀਠੀਆ ਨਸ਼ਾ ਦੇ ਵਿੱਚ ਰਿਹਾ ਸੀ ਤਾਂ ਅਮਰਿੰਦਰ ਨੇ ਇਹਨੂੰ ਬਚਾਇਆ ਸੀ, ਇੱਕ ਬਿਆਨ ਦੇ ਕੇ CBI ਇਨਕੁਆਇਰੀ ਕੋਈ ਲੋੜ ਨਹੀਂ ਹੈ। ਹਾਂਜੀ, ਤੇ ਉਹਦਾ ਜਿਹੜਾ ਹੈ ਇਹਨੇ ਮੇਰੇ ਹਿਸਾਬ ਨਾਲ ਉਹਨੇ ਉਹਦਾ ਜਿਹੜਾ ਹੈ ਬਦਲਾ ਮੋੜਿਆ, ਉਹਦਾ ਕਰਜ਼ ਮੋੜਿਆ। ਚਲੋ ਮੈਂ ਆਪ ਦੇ ਜਨਮ ਤਾਂ ਜਿਸ ਤਰ੍ਹਾਂ ਤੋਂ ਛੁੱਟ ਜਾਊਂਗਾ ਜੀ, ਤੇ ਮੈਂ ਕਿਹੜਾ ਇਲੈਕਸ਼ਨ ਲੜ ਰਿਹਾ। ਹਾਂਜੀ, ਤੁਸੀਂ ਮਤਲਬ ਕਿ ਅਮਰਿੰਦਰ ਸਿੰਘ ਨੂੰ ਇਹਨੇ ਕਿਹਾ ਕਿ ਤੁਸੀਂ ਚੁਣ ਕੇ ਜਾਓਗੇ ਕਿਉਂਕਿ ਤੁਸੀਂ ਗੁਰਦੁਆਰਾ ਘਿਰ ਗਏ ਹੋ, ਇਹ ਵੀ ਇੱਕ ਗੱਲ ਹੋ ਸਕਦੀ ਹੈ। ਜੀ ਬਿਲਕੁਲ ਬਿਲਕੁਲ ਵੀਰ ਜੀ, ਤੇ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਕਿ ਤੁਸੀਂ ਸਾਡੇ ਸਿੱਖ ਸੰਗਤਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ, ਸਾਡੇ ਦਰਸ਼ਕਾਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ। ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ, ਤੁਹਾਡੇ ਕੋਲ ਅਸੀਂ ਇੱਥੇ ਇਜਾਜ਼ਤ ਲੈਂਦੇ ਹਾਂ, ਫਿਰ ਤੋਂ ਤੁਹਾਨੂੰ ਅਸੀਂ ਸਿੱਖ ਸੰਗਤਾਂ ਦੇ ਰੂਬਰੂ ਕਰਵਾਵਾਂਗੇ, ਪਰ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ, ਸੰਗਤ ਦਾ ਤੁਹਾਡਾ ਸਾਰਿਆਂ ਦਾ ਬਹੁਤ ਜੀ। ਵੀਰ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Viewers, वक्त हो गया कि छोटे से ब्रेक तक। Keep watching News TV 84. Then I'll be right back after a short break.